ਇਹ ਆਕਾਸ਼ਵਨੀ ਜਮੁਣੇ ਹੰਤਸ਼ਚੰਦਰ ਕਨ ਸ਼ਰਮਾ ਕੁਲਾ ਖਬਰ ਸੁਨੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੋਰੇ ਅੱਜ ਸਨਿਆ 4 ਵਜੇ ਰਾਸ਼ਟਰੀ ਨਾਮ ਸੰਬੋਧਿਤ ਕਰਗਨ ਅਨਲਗ 2 ਬਾਰੇ ਗ੍ਰਹਿ ਮੰਤਰਾਲੇ ਤਰਫਾ ਦੇਸ਼ ਨਿਰਦੇਸ਼ ਜਾਰੀ ਕੀਤੇ ਜਾਣਦੇ ਮਗਰ ਪ੍ਰਧਾਨ ਮੰਤਰੀ ਹੁੰਦੇ ਦਫਤਰ ਤੋਂ ਟਵੀਟ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ कोविड-19 महामारी फैलने ਦੇ ਮਗਰੋਂ ਪ੍ਰਧਾਨ ਮੰਤਰੀ ਹੁੰਦਾ ਦੇਸ਼ ਦੇ ਨਾਂ ਅਸ਼ੇਮਾ ਸੰਬੋਧਨੋਗ ਪਿਛਲੀ ਵਾਰੀ ਉਹਨੇ 12 ਮਈ ਕੀ ਦੇਸ਼ ਕੇ ਸੰਬੋਧਿਤ ਕੀਤਾ ਹ ਜਿਸ ਦੌਰਾਨ ਉਹਨੇ ਕਰੋਨਾ ਵਾਇਰਸ ਕਾਰਨ ਲਾਇਗੇ ਦੇ ਲਾਕਡਾਊਨ ਦੀ ਮਾਰਾਥਮਾ ਉਭਰਾ ਕਰਦੀ ਦੇਸ਼ ਦੀ ਅਰਥਵਿਵਸਤਾ ਕੀ ਬੜਾ ਵਦਨ ਲਈ 2 ਲੱਖ ਕਰੋੜ ਰੁਪਏ ਦੇ مالی ਪੈਕੇਜ ਦਾ ਐਲਾਨ ਕੀਤਾ ਹ ਆਪਣੇ ਪਿਛਲੇ ਮਨ ਕੀ ਬਾਤ ਕਾਰਗ੍ਰਾਮ ਦੌਰਾਨ ਵੀ ਪ੍ਰਧਾਨ ਮੰਤਰੀਓਰੇ ਲੋਕਾਂ ਕੀ ਉਨ ਅਨਲਾਕ ਦਰਨ ਔਰ ਮਦਦ ਸਵਗਰ ਹੋਣ ਲਈ ਆਖਿਆ ਹ ਭਾਰਤ ਤੇ ਚੀਨ ਦੀ ਸੈਨਾ ਵਿਚਕਾਰ ਪੂਰਬੀ ਲਦਾਖ 'ਚ ਤਣੋਤਨੀ ਘਟ ਕਰਨ ਲਈ ਅੱਜ ਲੈਫਟੀਨੈਂਟ ਜਨਰਲ ਸਤਾ ਦੀ ਤ੍ਰੀਏ ਦੌਰ ਦੀ ਗੱਲਬਾਤ ਹੋ ਆਦੀ ਹੈ ਇਸ ਬੈਠਕ 'ਚ ਸੰਵੇਦਨਸ਼ੀਲ ਖੇਤਰਾਂ 'ਚ ਗਤੀਰੋਧ ਦੂਰ ਕਰਨ ਦੇ ਤੌਰ ਤਰੀਕਿਆਂ ਦੀ ਮੁਕਦੀ ਸ਼ਕਲ ਦਿੱਤੀ ਜਾ ਸਕਦੀ ਹੈ ਸੂਤਰਾਂ ਦਾ ਸਹਿਜੇ ਇਹ ਬੈਠਕ ਅਸਲ ਕਬਜ਼ਾ ਰੇਖਾ ਦੇ ਭਾਰਤ ਵਾਲੇ ਇਲਾਕੇ 'ਚ ਚੁਸ਼ੂਲ ਥਾਰ ਲਗਾਰਦੀ ਹੈ ਪਾਰਤੀ ਪਖਦੇ ਅਗਵਾਈ 14ਵੇਂ ਕੋਰ ਦੇ ਕਮਾਂਡਰ ਲੈਫਟੇਨੈਂਟ ਜਨਰਲ ਹਰਿੰਦਰ ਸਿੰਘ ਕਰਾਰਦਨ ਸਾਡੇ ਸੰਵਾਦਾਂ ਨੇ ਅਧਿਕਾਰਿਕ ਸੂਤਰਾਂ ਦੇ ਅਵਾਲਿਕਨ ਜਾਣਕਾਰੀ ਦਿੱਤੀ ਹੈ ਜੇ ਇਸ ਗਲਵਾ ਦਰਨ 6 ਜੂਨ ਦੀ ਉਹਦੇ ਪਹਿਲੇ ਦੌਰ ਦੀ ਬੈਠਕ ਚ ਬਣੀ ਦੀ ਸਹਿਮਤੀ ਕੀ ਲਾਗੂ ਕਰਨੇ ਬਾਰੇ ਸਹਿਮਤੀ ਬਣ ਸਕਦੀ ਹੈ ਪਾਕਿਸਤਾਨ ਨੇ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕਬਜ਼ਾ ਰੇਖਾ ਦੇ ਕੰਨੇ ਲੱਗਦੇ ਇਲਾਕਿਆਂ 'ਚ ਵਿਜਨ ਉਕਸਾਵੇ ਦੇ ਗੋਲੀਬਾਰੀ ਕਰਦੇ ਹੋਏ ਸੰਘਰਸ਼ ਵਿਰਾਮ ਦੇ ਖਿਲਾਫ ਵਰਜੀ ਕੀਤੀ ਹੈ ਅਧਿਕਾਰਿਕ ਸੂਤਰੇ ਮੁਤਾਬਕ ਪਾਕਿਸਤਾਨ ਆਸੇ ਕੁਪਵਾੜਾ ਜ਼ਿਲ੍ਹੇ ਦੇ ਤੰਗਦਾਰ ਸੈਕਟਰ 'ਚ ਕੱਲ ਸੰਜਾ ਗੋਲੀਬਾਰੀ ਕੀਤੀ ਗਈ ਰੱਖਿਆ ਪ੍ਰਵਕਤਾ ਮੁਤਾਬਕ ਪਾਕਿਸਤਾਨ ਨੇ ਪਹਿਲੇ ਲੋਕੇ ਹਥਿਆਰ ਨੇ ਕੰਨੇ ਗੋਲੀਬਾਰੀ ਕੀਤੀ ਤੇ ਮਗਰਾ ਮੋਰਟਾਰ ਦੇ ਗੋਲੇ ਵੀ ਦਾਗੇ ਭਾਰਤੀ ਫੌਜ ਨੇ ਵੀ ਪਾਕਿਸਤਾਨੀ ਗੋਲੀਬਾਰੀ ਦਾ ਜ਼ੋਰਦਾਰ ਤਰੀਕੇ ਕੰਨੇ ਪਰਤਾ ਦਿੱਤਾ ਉਪਰਾਜਪਾਲ ਨੇ ਇਸਲਾਕਰ ਬਸੀਰ احمد ਖਾਨ ਨੂੰ ਰੈਂਕਲ ਅਧਿਕਾਰੀਆਂ ਦੀ ਇੱਕ ਉੱਚੀ ਸਥਾ ਦੇ ਬੈਠਕ ਕਰਵਾਈਏ ਆਉਂਦੇ ਮਹੀਨੇ ਤੋਂ ਸ਼ੁਰੂ ਹੋ ਰਹੇ ਅਰਦੇਸ਼ਰੀ ਅਮਨਾਤ ਦੀ ਯਾਤਰਾ ਲਈ ਤਿਆਰੀਆਂ ਦੀ ਸਮੀਖਿਆ ਕੀਤੀ ਉਹਨੇ ਬਖਵਾ ਕੰਮੇ ਜੀਆਂ ਯਾਤਰਾ ਦੇ ਰਸਤੇ ਦੀ ਸਫਾਈ ਉਥੇ ਬਿਜਲੀ ਪਾਣੀ ਸੰਚਾਰ ਮੈਡੀਕਲ ਸਹੂਲਤਾਂ ਤੇ ਉਹਨੇ ਸੂਲਤਾਂ ਬਾਰੇ ਜਾਇਜ਼ਾ ਲਿਆ ਇਸ ਮੌਕੇ ਪਰ ਰਾਸ਼ਨ ਟੈਂਟ ਲਾਣੇ ਵਾਲੇ ਪਾਲਕੀਆਲੇ ਪੀਟੂ ਕੋੜਿਆਲੇ ਲਈ ਕੀਤੇ ਜਾਦੇ ਇੰਤਜ਼ਾਮੇ ਦੇ ਅਲਾਵਾ ਯਾਤਰਾ ਲਈ ਸੁਰੱਖਿਆ ਪ੍ਰਬੰਧ ਦੇ ਵੀ ਜਾਣਕਾਰੀ ਹਾਸਲ ਕੀਤੀ ਗਈ ਉਪ ਰਾਜਪਾਲ ਹੁੰਦਸਲਾਕਰ ਬਸੀਰ احمد ਖਾਨ ਨੂੰ ਰੈਂਕਲ ਅਧਿਕਾਰੀਆਂ ਦੀ ਇੱਕ ਹੋਰ ਬੈਠਕ ਲਈ ਹੈ ਜੰਮੂ ਕਸ਼ਮੀਰ ਕੋਵਿਡ 19 ਦੀ ਰੋਗਦਾਨ ਤੇ ਇਹਦੇ ਸਬਚਾਵ ਲਈ ਕਿਤੇ ਚਾਰਦੇ ਕਮੇ ਕਾਰਵਾਈਆਂ ਦੀ ਸਮੀਖਿਆ ਕੀਤੀ ਉਹਨੇ ਸਾਰੇ ਡਿਪਟੀ ਕਮਿਸ਼ਨਰਾਂ ਤੋਂ ਉਹਦੇ ਜ਼ਿਲ੍ਹੇ ਚ ਇਸ ਬਾਰੇ ਕਿਤੇ ਚਾਰਦੇ ਇਲੈ ਤੇ ਇਸਲੇ ਬਣਦੇ ਹਾਲਾਤ ਬਾਰੇ ਜਾਣਕਾਰੀ حاصل ਕੀਤੀ ਇਸ ਮੌਕੇ ਪਰ ਉਹਨੇ ਕਸ਼ਮੀਰ ਪ੍ਰਾਂਚੇ ਡਾਇਲਿਸਿਸ ਕਰਾਣੇ ਵਾਲੇ ਸ਼ੂਗਰ ਕੈਂਸਰ ਤੇ ਹੋਰਨੇ ਗੰਭੀਰ ਰੋਗਾਂ ਕਨੇ ਪੀੜਿਤ ਮਰੀਜ਼ੇ ਜਿੰਦੀ ਉਮਰ 60 ਬਰੇ ਸ਼ਾ ਮਤੀ ਹੈ ਉਹਦੀ ਕੋਵਿਡ 19 ਦੀ 100% ਜਾਨ ਦੇ ਉਮਰ ਹੁਕਮ ਜਾਰੀ ਕੀਤੇ ਉਨੇ ਆਖਿਆ ਜੇ ਸਮਾਜ ਦੇ ਇਸ ਸਤਕੇ ਗੇ ਕੋਵਿਡ 19 ਦਾ ਮਤਾ ਖਤਰਾ ਹੈ ਤੇ ਇਸ ਕਰੀ ਇੰਦੀ ਮਤੀ ਦੇਖਪਾਲ ਦੀ ਲੋੜ ਹੈ ਉਹਨੇ ਅਧਿਕਾਰੀਆਂ ਗੇ ਆਖਿਆ ਜੇ ਉਹ ਇਸ ਗੱਲ ਗੇ ਯਕੀਨੀ ਬਨਾਨ ਜੇ ਕੋਵਿਡ 19 ਦੀ ਰੋਕਥਾਮ ਲਈ ਸਰਕਾਰ ਐਸੇ ਜਾਰੀ ਕੀਤੇ ਜਾਣੀ ਵਾਲੀ ਹਦਾਇਤਾਂ ਦੀ ਪੂਰੀ ਚਾਲੀ ਸਖਤੀ ਕਨੇਪਾਲ ਮਾ ਕੀਤੀ ਜਾ कोविड-19 ਦੀ ਜਾਂਚ ਦੇ ਕੰਮੇ 'ਚ ਹੋਰ ਮਤੇ ਬਿਹਤਰੀ ਆਂਦੀ ਹੋਈ ਸਰਕਾਰੀ ਮੈਡੀਕਲ ਕਾਲਜ ਜੰਮੂ ਦੇ ਮਾਈਕਰੋਬਾਇਓਲੋਜੀ ਵਿਭਾਗ ਨੇ 11 ਦਿਨਾਂ 'ਚ 2143 ਕੋਵਿਡ-19 ਦੇ ਨਮੂਨੇ ਦੀ ਜਾਂਚ ਕਰਦੇ ਹੋਏ ਇੱਕ ਹੋਰ ਕਾਮਯਾਬੀ ਹਾਸਲ ਕੀਤੀ ਹੈ ਜਿਸ ਲੇ ਕੇ ਪਿਛਲੇ ਕੋਈ 2 ਮਹੀਨੇ 'ਚ ਕੋਵਿਡ-19 ਦੇ ਤਕਰੀਬਨ 1300 ਨਮੂਨੇ ਦੀ ਹਰ ਰੋਜ਼ ਜਾਂਚ ਕੀਤੀ ਜਾਦੀ ਹੈ ਇਸ ਚਾਲੀ ਜਾਂਚ 'ਚ ਇਸ ਕਮੇ 'ਚ 39.3% ਅਪਾਧ ਦਚਕੀਤਾ ਗਿਆ ਹੈ ਵਿਭਾਗ ਦੇ ਅਮਲੇ ਅਸੇ ਮਹਾਂਮਾਰੀ ਫੈਲਣ ਮਗਰ ਅਲ ਦੇ ਕੇਸ਼ ਸਮੇਂ 'ਚ ਬੜੀ ਮਤੇ ਮਿਹਨਤ ਕੀਤੀ ਗਈ ਹੈ ਤੇ ਅਰ ਦਿਨ ਠਾਰਾ ਠਾਰਾ ਕੈਂਟੇ ਕੰਮ ਕਰਦੇ ਅਜੰਤੋੜੀ ਉਹਨੇ 70840 ਕੋਵਿਡ 19 ਦੇ ਨਮੂਨੇ ਦੀ ਜਾਂਚ ਕੀਤੀ ਹੈ ਇਹਦੇ ਇਲਾਵਾ ਅਮਲਿਆਸਿਆ ਸਕਰੀਨਿੰਗ ਤੇ ਇਸ ਚੈਲੀ ਦੀ ਜਾਂਚ ਤੇ ਕੋਈ 120000 ਮਾਮਲੇ ਵੀ ਨਭੇਰੇ ਜਾ ਚੁਕੇ ਹਨ ਮੁਲਖਾਚੇ ਪਿਛਲੇ 24 ਘੰਟੇ ਦੌਰਾਨ ਕੋਵਿਡ-19 ਦੇ 18522 ਨਵੇਂ ਮਾਮਲੇ ਸਾਹਮਣੇ ਆਏ ਨੇ ਜਿਹਦੇ ਕਨੇ ਕੁੱਲ ਮਾਮਲੇ ਦੀ ਗਿਣਤਰੀ ਵਧੀ ਹੈ 1.568840 ਹੋਈ ਗਈ ਹੈ ਇੰਦੇਸ਼ਾ 215125 ਸਕਰੀਏ ਮਾਮਲੇ ਨੇ ਮੁਲਖਾਚੇ ਪਿਛਲੇ 24 ਘੰਟੇ ਦੌਰਾਨ ਕੋਵਿਡ-19 ਕਰਨੇ 418 ਜਨੇ ਦੀ ਮੌਤ ਹੋਈ ਗਈ ਹੈ ਤੇ ਮਰੋਣਿਆਂ ਦੀ ਕੁੱਲ ਤਦਾਦ 16893 ਪੁੱਜ ਗਈ ਹੈ ਸਰਕਾਰ ਦਾ ਅਖਨ ਹੈ ਜੇ ਦੇਸ਼ਾ ਚ ਪਿਛਲੇ 24 ਘੰਟੇ ਦੌਰਾਨ ਕੋਵਿਡ-19 ਦੇ 12010 ਮਰੀਜ਼ ਨਰੋਏ ਹੋਏ ਗੈਨ ਇਹਦੇ ਕਨੇ ਕੋਵਿਡ-19 თਮਾ ਨਰੋਏ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਤਦਾਦ 3 ਦਾਰ 800 ਵਾਈ ਹੋਈ ਹੈ ਤੇ ਕੋਵਿਡ-19 ਦੇ ਮਰੀਜ਼ਾਂ ਦੇ ਨਿਰੋਹੀ ਹਣੇ ਦੇ ਦਰ ਹੁਣ ਹੋਰ ਬਿਹਤਰ ਹੋਈ ਹੈ ਠੁੰਜਾ 0.67% ਕੁਲਾਬੀ ਉੱਪਰ ਪੁੱਜੀ ਗਈ ਹੈ ਜੰਮੂ ਕਸ਼ਮੀਰ ਚਿਕਰੀ ਲੁੜਵਾਰੀਆਂ ਦੇ ਸ਼ੁਰੂ ਉਹਨਾਂ ਦੇ ਮਗਰ 1895 ਸਵਾਰੀਆਂ ਲਈ ਇਹ 19 ੜਵਾਰੀਆਂ ਕੱਲ ਜੰਮੂ ਤੇ ਸਿਨਗਰ ਅਵਾਈ ਅਡੇ ਉੱਪਰ ਉਤਰੀਆਂ ਜੰਮੂ ਚ 8 ੜਵਾਰੀਆਂ ਪੁੱਜੀਆਂ ਜੇਦੇ ਚ 568 ਯਾਤਰੀ ਸਵਾਰ ਹੈ ਜਿਸਲੇ ਕੇ ਜਾਰਾ ਉਹ ੜਵਾਰੀਆਂ 1329 ਯਾਤਰੀਆਂ ਕੇ ਲਈਏ ਸਿਨਗਰ ਅਵਾਈ ਅਡੇ ਉੱਪਰ ਪੁੱਜੀਆਂ ਉਪ ਰਾਜਪਾਲ ਨੇ ਇਸਲਾਕਰ ਬਸੀਰ احمد ਖਾਨੋਂ ਨੇ ਕਲ ਕਟੂਆ ਜ਼ਿਲ੍ਹੇ ਚ ਗ੍ਰਾਮੀਣ ਵਿਕਾਸ ਵਿਭਾਗ ਮੈਂਕਮਿਆ ਸੇਤੌਰ ਚਾੜੇ ਜਾੜ ਤੇ ਬਾਕ-ਬਾਕ ਕੰਮੇਦਾਨ ਨਿਰੀਖਣ ਕੀਤਾ ਇਹਦੇ ਲਾਵਾ ਉਹਨੇ ਜ਼ਿਲ੍ਹੇ ਚ ਬਿਜਲੀ ਵਿਕਾਸ ਸੈਲ ਸਫਾ ਤੇ ਕਨੇ ਗ੍ਰਾਮੀਣ ਵਿਕਾਸ ਵਿਭਾਗ ਮੈਂ ਦੇ ਕਾਰਗਰਦਗੀ ਵੀ ਸਮੀਖਿਆ ਕੀਤੀ ਉਹਨੇ ਮੜੀਨ ਬਲਾਕ ਚ ਸੇਸਪਨ ਮੋੜ ਉਪਰ ਯਾਤਰੀਆਂ ਦੇ ਖੜੋਣੇ ਲਈ ਬਣਾਏ ਗਏ ਇੱਕ ਸ਼ਹਿਰਤਾ ਵੀ ਉਦਘਾਟਨ ਕੀਤਾ राई भाई पशुत पेट पालन محکمہ ਦੇ ਪ੍ਰਧਾਨ ਸਚੇਵ ਨਵੀਨ ਚੋਦਰੀ ਹੋਰੇ ਕਲ ਮਹਿਕਮੇ ਦੇ ਅਧਿਕਾਰੀਆਂ ਦੀ ਬੈਠਕ ਲੁਾਈਏ ਮਹਿਕਮੇ ਦੇ ਕੰਮਕਾਜ ਤੇ ਕਰਸਾਨੇ ਦੇ ਫਾਇਦੇ ਲਈ ਕੇਂਦਰ ਤੇ ਜੰਮੂ ਕਸ਼ਮੀਰ ਸਰਕਾਰ ਐਸੇ ਚਲਾਈ ਜਾ ਰਹੀ ਦੀ ਬਾਗਬਖਸ਼ ਸਕੀਮੇ ਕੀ ਲਾਗੂ ਕੀਤੇ ਜਾਣ ਬਾਰੇ ਜਾਣਕਾਰੀ ਅਸਲ ਕੀਤੀ ਇਸ ਮੌਕੇ ਪਰ ਫੀਲ ਅਬਸਰਥਮਾ ਜ਼ਮੀਨੀ ਸਤਾ ਪਰ ਕੀਤੇ ਜਾ ਰਹੇ ਕੰਮੇ ਕਾਰਵਾਈਆਂ ਬਾਰੇ ਵੀ ਜਾਣਕਾਰੀ ਲੈਣ ਦੇ ਕੰਨੂ ਕੰਨੀ ਉਹਨੇ ਉਹਨੇ ਕੀ ਇਹਦਾ ਇਤ ਦਿੱਤੀਆਂ ਜੇ ਇਹ ਕੰਮ ਤੈ ਕਿਤੇ ਕਿਤੇ ਸਮੇਂ ਚ ਪੂਰੇ ਕਰ ਲੈ ਅਤੇ ਜਾਣ ਉਹਨੇ ਕਰਸਾਨੇ ਤੇ ਬਾਗਵਾਨੇ ਕਰਨੇ ਲਗਾਤਾਰ ਰਾਬਤਾ ਬਣਾਈ ਰੱਖਣੇ ਉਪਰ ਵੀ ਜ਼ੋਰ ਪਰਿਆ ਤਾਂ ਜੇ ਅਰ ਜ਼ਰੂਰੀ ਜਾਣਕਾਰੀ ਇਹਨੇ ਕਿਸਾਨੇ ਕੀ ਬੇਲੇ ਸਿਰ ਪੁੱਜ ਸਕੇ ਮਗਰ ਉਹਨੇ ਮੰਡਲ ਦੇ ਇੱਕ ਡੇਰੀ ਫਾਰਮ ਦਾ ਦੌਰਾ ਲਾਇਆ ਤੇ ਇਸ ਕਮਕ ਨੇ ਜੁੜੇ ਦੇ ਕਿਸਾਨੇ ਕਨੇ ਗੱਲਬਾਤ ਵੀ ਕੀਤੀ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਸੰਜੀਵ ਵਰਮਾ ਹੋਰੇ ਕੱਲ ਜੰਮੂ ਬਾਸ ਸਾਡੇ ਦਾ ਦੌਰਾ ਲਾਇਆ ਤੇ ਉੱਥੇ ਗੱਡੀਆਂ ਖੜੇਨੇ ਲਈ ਬਣਾਈ ਜਾ ਰਹੀ ਬਹੁ ਮੰਜ਼ਿਲਾ ਪਾਰਕਿੰਗ ਦੇ ਕੰਮੇ ਦੇ ਰਫ਼ਤਾਰ ਤੇ ਪ੍ਰਗਤੀ ਦਾ ਜਾਇਜ਼ਾ ਲੈਤਾ ਪ੍ਰੋਜੈਕਟ ਦੇ ਪ੍ਰਭਾਰੀ ਹੋਰੇ ਉਹਨੇ ਕੀ ਜਾਣਕਾਰੀ ਦਿੱਤੀ ਜੇ ਪਾਰਕਿੰਗ ਦੀ ਇਹ ਤਰ੍ਹਾਂ ਮੰਜ਼ਿਲਿਆਂ ਪਰ ਕੰਮ ਲਗਭਗ ਮੁਕੰਮਲ ਹੋ ਗਿਆ ਹੈ ਉਹਨੇ ਡਿਵੀਜ਼ਨਲ ਕਮਿਸ਼ਨਰ ਹੋਰੇ ਕੀ ਭਵਿੱਖ ਦੀ ਕਾਰਜ ਯੋਜਨਾ ਬਾਰੇ ਵੀ ਇਸ ਮੌਕੇ ਪਰ ਜਾਣਕਾਰੀ ਦਿੱਤੀ ਇਦੇ ਕੰਨੇ ਗਏ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ